ਪੁਰਖ ਕੀ ਰਸਿਆ ਹਮਨੇ ਸਰਬ ਲੋਕ ਕੀ ਰਸਿਆ ਹਮਨੇ ਅੱਜ ਅਸੀਂ ਆਇਆ ਮੋਹਾਲੀ ਦੇ ਪਿੰਡ ਕੜੂਆ ਵਿਖੇ ਇਹ ਉਹ ਪਿੰਡ ਹੈ ਜਿਸ ਨੂੰ ਗੁਰੂ ਸਹਿਬਾਨਾਂ ਦੇ ਵੱਲੋਂ ਅਸ਼ੀਸ਼ ਪ੍ਰਾਪਤ ਹੈ ਸਰਬ ਰੋ ਦੇ ਬਰਤਨਾਂ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਤਕਰੀਬਨ 10 ਦੇ ਕਰੀਬ ਪਰਿਵਾਰ ਨੇ ਜਿਹੜੇ ਕਿ ਲੋਹਾਰ ਦਾ ਕੰਮ ਕਰਦੇ ਹੈਗੇ ਨੇ ਔਰ ਉਹਨਾਂ ਦਾ ਇਹ ਪਿਤਾ ਪੁਰਖੀ ਕੀਤਾ ਹੈਗਾ ਕਿੱਥੇ ਕਿਥੇ ਤੱਕ ਬਰਤਨ ਜਿਹੜੇ ਸਰਬ ਲੋਹ ਦੇ ਤਿਆਰ ਕੀਤੇ ਗਏ ਆ ਕਢਾ ਹਜੂਰ ਸਾਹਿਬ ਬਣਾ ਕੇ ਆਏ ਭਾਈ 12 12.5 ਫੁੱਟ ਮੂੰਹ ਆ ਉੱਪਰ ਦੇ 8.5 ਫੁੱਟ ਡੂੰਘਾ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਜਾਂਦਾ ਕਿ ਕਿਹਾ ਸੀ ਕਿ ਇੱਥੇ ਦੇ ਬਰਤਨ ਜਿਹੜੇ ਹੈਗੇ ਆ ਉਹ ਚਾਂਦੀ ਦੇ ਭਾਅ ਵੀ ਕਿਆ ਕਰਨਗੇ ਜੀ ਤੇ ਕਿਵੇਂ ਵਿਕਦੇ ਆ ਗੁਰੂ ਜੀ ਦਾ ਜਿਹੜਾ ਬਾਹਰ ਹੈ ਉਹ ਸੱਚ ਹੋ ਰਿਹਾ ਆ ਹਾਂ ਠੀਕ ਆ ਪਰ ਜਿਹੜਾ ਦਿੱਤਾ ਉਹਨਾਂ ਨੇ ਬਹੁਤ ਵਧੀਆ ਚੱਲਦਾ ਕੰਮ ਤੁਸੀਂ ਸਰਬਲੋਹ ਦੇ ਬਰਤਨ ਬਣਾਣਾ ਆਪਣੇ ਪਿਤਾ ਜੀ ਤੋਂ ਸਿੱਖਿਆ ਸੀਗਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਣਾਉਂਦੇ ਹੋ ਮੰਨੋ ਜੀ ਤਕਰੀਬਨ ਸਾਲ 84 ਦਾ ਮੈਨ ਇਹ ਨਾਲ ਲੱਗਾ ਦਾ ਬਾਟਾ ਜਿਹੜਾ ਕਿਹਾ ਜਾਂਦਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਦੇ ਲਈ ਗਿਆ ਸੀਗਾ ਸੋ ਇਹਦੀ ਹਿਸਟਰੀ ਨੂੰ ਵੇਖ ਕੇ ਤੁਸੀਂ ਇਹਦੇ ਨਾਲ ਜੁੜੇ ਆ ਜਾਂ ਤੁਸੀਂ ਆਪਣੇ ਪਿਤਾ ਨੂੰ ਕੰਮ ਕਰਦੇ ਦੇਖਿਆ ਉਸ ਤੋਂ ਬਾਅਦ ਤੁਸੀਂ ਇਸ ਕੰਮ ਨੂੰ ਚੁਣਿਆ ਤੁਸੀਂ ਦੱਸੋ ਇੱਥੇ ਕੀ ਕੀ ਬਣਦਾ ਹੈ ਇਹ ਚਮਚੋ ਤੋਂ ਲੈ ਕੇ ਸੋਈ ਦਾ ਸਾਰਾ ਸਮਾਨ ਬਣਦਾ ਅੱਜ ਵੀ ਕਦਰ ਹੈ ਸਰਬ ਲੋਹ ਦੇ ਬਨੇ ਵਰਤਨਾ ਦੀ ਹਾਂਜੀ ਬਹੁਤ ਜ਼ਿਆਦਾ ਹੈ ਸਾਤੇ ਪੂਰਾ ਨਹੀਂ ਹੋ ਰਿਹਾ ਕਬਤੇ ਜਿਵੇਂ ਕਹ ਲੋ ਖਾਲਸੇ ਵਾਲੇ ਜ਼ਿਆਦਾ ਲੋਕ ਆਉਂਦੇ ਹੈਗੇ ਆ ਜਾਂ ਆਮ ਲੋਕ ਤੁਹਾਡੇ ਕੋਲ ਜ਼ਿਆਦਾ ਆਉਂਦੇ ਹੈਗੇ ਸਰਬ ਲੋ ਦੇ ਵਰਤਨ ਵੀ ਜਿਵੇਂ ਗੁਰੂ ਸਾਹਿਬ ਦੇ ਬਾਰੇ ਕਿਹਾ ਜਾਂਦਾ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਇਸ ਪਿੰਡ ਤੋਂ ਬਾਟਾ ਗਿਆ ਸੀਗਾ ਤੇ ਅੱਜ ਵੀ ਜਿੱਥੇ ਅੰਮ੍ਰਿਤਪਾਨ ਕਰਾਇਆ ਜਾਂਦਾ ਤੁਹਾਡੇ ਇਹ ਜਿਹੜੇ ਬਾਟੇ ਨੇ ਸਰਬ ਲੋ ਦੇ ਉੱਥੇ ਜਾਂਦੇ ਆ ਹਾਂ ਹਾਂ ਜਾਂਦੇ ਆ ਲੈ ਇੱਥੋਂ ਵੀ ਲੈ ਕੇ ਜਾਂਦੇ ਆ ਖਾਸियत ਹੈ ਕਿ ਹੋਰ ਕੋਈ ਨਹੀਂ ਬਣਾ ਪਾਇਆ ਹੈਗਾ ਜਾਂ ਕਿਵੇਂ ਕੀ ਇਹ ਪਿੰਡ ਨੂੰ ਵਰਦਾਨ ਹੈ ਇਸ ਕਰਕੇ ਨਹੀਂ ਕਿਸੇ ਨੇ ਬਣਾਇਆ ਅਕਾਲ ਪੁਰਖ ਕੀ ਰਛਿਆ ਹਮਨੇ ਸਰਬ ਲੋਕ ਕੀ ਰਛਿਆ ਹਮਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਮੋਹਾਲੀ ਦੇ ਪਿੰਡ ਕੜੂਆ ਵਿਖੇ ਇਹ ਉਹ ਪਿੰਡ ਹੈ ਜਿਸ ਨੂੰ ਗੁਰੂ ਸਹਿਬਾਨਾਂ ਦੇ ਵੱਲੋਂ ਅਸ਼ੀਸ਼ ਪ੍ਰਾਪਤ ਹੈ ਸਰਬ ਲੋਹ ਦੇ ਬਰਤਨਾਂ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਤਕਰੀਬਨ 10 ਦੇ ਕਰੀਬ ਪਰਿਵਾਰ ਨੇ ਜਿਹੜੇ ਕਿ ਲੋਹਾਰ ਦਾ ਕੰਮ ਕਰਦੇ ਹੈਗੇ ਨੇ ਔਰ ਉਹਨਾਂ ਦਾ ਇਹ ਪਿਤਾ ਪੁਰਖੀ ਕੀਤਾ ਹੈਗਾ ਸੋ ਅਜਹੇ ਦੇ ਵਿੱਚ ਅੱਜ ਵੀ ਇਸ ਪਿੰਡ ਦੇ ਸਰਬ ਲੋਹ ਦੇ ਬਰਤਨ ਜਿਹੜੇ ਨੇ ਉਹ ਸਿਰਫ ਪੰਜਾਬ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਲਿਤ ਨੇ ਔਰ ਬਹੁਤ ਹੀ ਮਹਿੰਗੇ ਤੇ ਬਹੁਤ ਜ਼ਿਆਦਾ ਵਿਕਦੇ ਨੇ ਔਰ ਸ਼੍ਰੀ ਗੁਰੂ ਹਰ ਰਾਏ ਜੀ ਇਸ ਪਿੰਡ ਦੇ ਵਿੱਚ ਆਏ ਸੀ ਉਹਨਾਂ ਦੀ ਚਰਨ ਸ਼ੋਪਰਾਪਤ ਇਹ ਹੈ ਪਿੰਡ ਹੈ ਇਸ ਦੇ ਇਲਾਵਾ ਤਿੰਨ ਪਾਸ਼ਾਈਆਂ ਦੀ ਕਿਹਾ ਜਾਂਦਾ ਕਿ ਚਰਨ ਸ਼ੋਪਰਾਪਤ ਇਸ ਪਿੰਡ ਨੂੰ ਹੈਗੀ ਹੈ ਇੰਨਾ ਹੀ ਨਹੀਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਇਸ ਪਿੰਡ ਦੇ ਲੋਹਾਰਾਂ ਨੂੰ ਇਹ ਵਾਰ ਦਿੱਤਾ ਸੀ ਕਿ ਤੁਹਾਡੇ ਇਹ ਸਰਬ ਲੋਹ ਦੇ ਬਰਤਨ ਜਿਹੜੇ ਨੇ ਇੱਕ ਸਮੇਂ ਤੇ ਚਾਂਦੀ ਦੇ ਭਾਅ ਵਿਕਿਆ ਕਰਨਗੇ ਸੋ ਇਸ ਵੇਲੇ ਮੈਂ ਜਿੱਥੇ ਆਈ ਹੈ ਗਿਆ ਇਹ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਮੇਰੇ ਇੱਧਰਲੇ ਹੱਥ ਬੈਠੇ ਨੇ ਬਾਬਾ ਨਸ਼ਤਰ ਸਿੰਘ ਜੀ ਔਰ ਬਹੁਤ ਥਾਵਾ ਦੇ ਉੱਤੇ ਤੁਸੀਂ ਇਹਨਾਂ ਨੂੰ ਗੱਲਬਾਤ ਕਰਦੇ ਸੁਣਿਆ ਹੋਵੇਗਾ ਬਹੁਤ ਲੰਬੇ ਸਮੇਂ ਤੋਂ ਇਹ ਇਸ ਪਿੰਡ ਦੇ ਵਿੱਚ ਸਰਬ ਲੋਹ ਦੇ ਬਰਤਨ ਬਣਾਉਣ ਦਾ ਕੰਮ ਕਰ ਰਹੇ ਹੈਗੇ ਨੇ ਔਰ ਹੁਣ ਇਸ ਕੰਮ ਨੂੰ ਅੱਗੇ ਇਹਨਾਂ ਦੇ ਪੁੱਤਰ ਜਿਹੜੇ ਨੇ ਉਹਨਾਂ ਨੇ ਅੱਗੇ ਸੰਭਾਲ ਲਿਆ ਹੈਗਾ ਸੋ ਉਹ ਵੀ ਇੱਧਰ ਸਾਡੇ ਨਾਲ ਮੌਜੂਦ ਨਹੀਂ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਪਹਿਲਾਂ ਗੱਲਬਾਤ ਜਿਹੜੀ ਹੈ ਉਹ ਬਬਨ ਨਛੱਤਰ ਸਿੰਘ ਤੋਂ ਸ਼ੁਰੂ ਕਰਾਂਗੇ ਇਸ ਵੇਲੇ ਬਜ਼ੁਰਗੀ ਵੱਲ ਵੱਧ ਰਹੇ ਹੈਗੇ ਨੇ ਹਾਲਾਂਕਿ ਹੁਣ ਆਪ ਕੰਮ ਨਹੀਂ ਕਰਦੇ ਸਾਰਾ ਜਿਹੜਾ ਇੱਥੇ ਦਾ ਕੰਮ ਹੈਗਾ ਉਹ ਇਹਨਾਂ ਦੇ ਪੁੱਤਰ ਦੇਖਦੇ ਹੈਗੇ ਨੇ ਪਰ ਫਿਰ ਵੀ ਨਿਗਰਾਨੀ ਇਹਨਾਂ ਦੀ ਜ਼ਰੂਰ ਰਹਿੰਦੀ ਹੈ ਸਿੱਖਿਆ ਉਹਨਾਂ ਨੇ ਇਹਨਾਂ ਦੇ ਕੋਲੋਂ ਹੀ ਹੈਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਬਾਬਾਈ ਕਿਵੇਂ ਆ ਤੁਹਾਡੀ ਸਿਹਤ ਠੀਕ ਠਾਕ ਹੈ ਠੀਕ ਹੈ ਜੀ ਭਾਈ ਸਭ ਠੀਕ ਹੈ ਕੋਈ ਆਵਾਂ ਦੀ ਫਰਕ ਆ ਕੰਮ ਆਂ ਠੀਕ ਕਰਦੇ ਆ ਜੀ ਹਾਂ ਜੀ ਸੋ ਸਰਬ ਲੋ ਦੇ ਬਰਤਨ ਤੁਸੀਂ ਪਹਿਲਾਂ ਬਣਾਉਂਦੇ ਰਹੇ ਹੁਣ ਵੀ ਤੁਸੀਂ ਇਹ ਕੰਮ ਕਰਦੇ ਹੋ ਜਾਂ ਹੁਣ ਤੁਹਾਡੇ ਪੁੱਤਰ ਅੱਗੇ ਕਰਦੇ ਆ ਮੈਂ ਵੀ ਕਦੀ ਜਾਂਦਾ ਇਹ ਵੀ ਕਰਦੇ ਹੁਣ ਇਹਨਾਂ ਨੇ ਹੀ ਕਰਨਾ ਪਾਈ ਮੈਂ ਤਾਂ ਬੈਠਾ ਆ ਰਾਮ ਗੱਲ ਇਹ ਤਾਂ ਕਹਿੰਦੇ ਵੀ ਬਹਿ ਜਾ ਹੁਣ ਤੂੰ ਜਾਣ ਦੇ ਕਾਰੀ ਨਾ ਹਾਂ ਮੈਂ ਤਾਂ ਬੈਠ ਗਿਆ ਨਹੀਂ ਤਾਂ ਕਰੀ ਜਾਂਦਾ ਕਿਵੇਂ ਲੱਗਦਾ ਇਹਨਾਂ ਨੂੰ ਕੰਮ ਕਰਦੇ ਦੇਖ ਕੇ ਚੰਗਾ ਸਿੱਖ ਗਿਆ ਠੀਕ ਹੈ ਕੰਮ ਠੀਕ ਕਰਦੇ ਆ ਕੰਮ ਗਲਤ ਨਹੀਂ ਕਰਦੇ ਜੀ ਜੇ ਨਾ ਕੋਈ ਇੱਥੇ ਦੇਖ ਕੇ ਲੰਦਾ ਉਹ ਇੱਥੇ ਆਉਂਦਾ ਹੈ ਹਾਂ ਫੇਰ ਹੋਰ ਥੋੜ੍ਹਾ ਲੰਦਾ ਹੂੰ ਬਿਲਕੁਲ ਬਿਲਕੁਲ ਹਾਂ ਅੱਛਾ ਜਿਵੇਂ ਬਾਬਾ ਜੀ ਕਹਿ ਰਹੇ ਸੀਗੇ ਕਿ ਪਹਿਲਾਂ ਜ਼ਿਆਦਾ ਲੋਕ ਇੱਥੇ ਕੰਮ ਕਰਦੇ ਸੀਗੇ ਤੇ ਹੁਣ ਅੱਗੇ ਨਾਲੋਂ ਘਟੇ ਹੈਗੇ ਆ ਤੁਹਾਡਾ ਕੀ ਤੁਹਾਡਾ ਬਹੁਤ ਲੰਬਾ ਤਜਰਬਾ ਰਿਹਾ ਹੈਗਾ ਤੁਸੀਂ ਕੀ ਦੇਖਿਆ ਕਿੰਨੇ ਕੁ ਲੋਕ ਜਦੋਂ ਤੁਸੀਂ ਸੁਰਤ ਸੰਭਾਲੀ ਤੇ ਇਹ ਕੰਮ ਕਰਦੇ ਸੀਗੇ ਤੇ ਕੀ ਹੋਣੇ ਘਟਿਆ ਹੈਗਾ ਨਹੀਂ ਉਹ ਨਹੀਂ ਬੰਦੇ ਕੰਮ ਕਰਦੇ ਆ ਭਾਈ ਹੂੰ ਜਿਹੜੇ ਪਹਿਲਾਂ ਉਹਰੇ ਕਰਦੇ ਆ ਉਹ ਹੁਣੀ ਉਹ ਉਹਦੀ ਕਰਦੇ ਆ ਕੰਮ ਜੀ ਸੋ ਤੁਹਾਡੇ ਕਿੱਥੇ ਕਿੱਥੇ ਤੱਕ ਬਰਤਨ ਜਿਹੜੇ ਸਰਬ ਲੋ ਦੇ ਤਿਆਰ ਕੀਤੇ ਗਏ ਆ ਇੱਥੇ ਤੁਸੀਂ ਕੀ ਕੀ ਬਣਾਉਂਦੇ ਹੋ ਜਿਵੇਂ ਕਿ ਕਿਹਾ ਜਾਂਦਾ ਕਿ ਪਿੰਡ ਕੜੂਆ ਦੇ ਵਿੱਚ ਸਰਬ ਲੋ ਦੀ ਜਿਹੜੇ ਹੈਗੇ ਆ ਚਮਚੇ ਤੋਂ ਲੈ ਕੇ ਤੇ ਤੁਸੀਂ ਲਾਈਕ ਵੱਡੀ ਤੋਂ ਵੱਡੀ ਚੀਜ਼ ਇੱਥੇ ਬਣਦੀ ਹੈਗੀ ਆ ਤੁਹਾਡੇ ਕੋਲ ਕੀ ਕੀ ਬਣਦਾ ਬਹੁਤ بڑا ਕੜਹਾ ਹਜੂਰ ਸਾਹਿਬ ਬਣਾ ਕੇ ਆਏ ਭਾਈ 12 12.5 ਫੁੱਟ ਮੂਹਾਂ ਉੱਪਰ ਦੇ 8.5 ਫੁੱਟ ਲੂੰਗਾ ਹੈ। ਅੱਛਾ 21 ਕੁਇੰਟਲ ਲੋਹਾ ਲੱਗਿਆ ਹੈ। ਅੱਛਾ ਉੱਥੇ ਜਾ ਕੇ ਬਣਿਆ ਹੋ ਬਾਬਾ ਹਜੂਰ ਸਾਹਿਬੇ। ਅੱਛਾ ਪੰਜ ਜਣੇ ਗਏ ਆ ਤਿੰਨ ਜਣੇ ਕੰਮ ਕਰਨੇ ਆ ਅਸੀਂ ਦੋ ਬੈਠਣੇ ਆ ਤੇ ਵੇਲੇ। ਅੱਛਾ 22 ਦਿਨ ਲੱਗੇ ਉੱਥੇ। ਹਾਂ। 22 ਦਿਨ ਉੱਥੇ ਰਹੇ। ਜੀ। 24 ਦਿਨ ਤਰੇ ਇੱਥੇ। ਜੀ। ਸੋ ਉੱਥੇ ਤੁਸੀਂ ਜਿਹੜਾ ਸੀਗਾ ਉਹ ਉੱਥੇ ਵੱਡਾ ਕਢਾਹਾ ਹਜੂਰ ਸਾਹਿਬ ਦੇ ਵਿੱਚ ਬਣਾ ਕਢਾਹਾ ਬਣਾਇਆ ਵੱਡਾ। ਲੰਗਰ ਵਾਸਤੇ ਬਣਾ ਕੇ ਲੰਗਰ ਵਾਸਤੇ ਬਾਬੇ ਨਿਹੰਗ ਸਿੰਘ ਦੇ ਸੋ ਜਿਵੇਂ ਤੁਸੀਂ ਜਿਵੇਂ ਗੁਰੂ ਸਹਿਬਾਨਾ ਨੇ ਵੀ ਇਸ ਪਿੰਡ ਨੂੰ ਵਾਰ ਦਿੱਤਾ ਹੈਗਾ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਜਾਂਦਾ ਕਿ ਕਿਹਾ ਸੀ ਕਿ ਇੱਥੇ ਦੇ ਬਰਤਨ ਜਿਹੜੇ ਹੈਗੇ ਆ ਉਹ ਚਾਂਦੀ ਦੇ ਭਾਅ ਵਿਕਿਆ ਕਰਨਗੇ। ਚਾਂਦੀ ਦੇ ਭਾਅ ਵਿਕਣਗੇ। ਜੀ ਤੇ ਕਿਵੇਂ ਵਿਕਦੇ ਆ? ਗੁਰੂ ਜੀ ਦਾ ਜਿਹੜਾ ਵਾਰ ਰਿਹਾ ਉਹ ਸੱਚ ਹੋ ਰਿਹਾ। ਹਾਂ ਠੀਕ ਹੈ। ਵਾਰ ਜਿਹੜਾ ਦਿੱਤਾ ਉਹਨਾਂ ਨੇ ਬਹੁਤ ਵਧੀਆ ਚੱਲਦਾ ਕੰਮ। ਹੂੰ ਬੰਦੇ ਆਂ ਪਾਂਡੇ ਬਹੁਤ। ਜੀ। ਹੁਣ ਪਾਂਡਿਆਂ ਦੇ ਬੇਦ ਨਹੀਂ ਹੈ। ਪਹਿਲਾਂ ਤਾਂ ਚਾਰ ਮੇਲਿਆਂ ਨੂੰ ਜਾਂਦੇ ਸੀ ਫਤੇਗੜ ਸਾਹਿਬ ਸਵਾ ਨੂੰ ਹਾਂ ਫਿਰ ਲੋਹੜੀ ਨੂੰ ਮੁਕਸਰ ਫਿਰ ਨੰਦ ਪਰ ਸਾਹਬ ਅੱਛਾ ਫਿਰ ਬਸਾਖੀ ਨੂੰ ਦੌਂਦ ਮੇ ਸਾਹਿਬ ਅੱਛਾ ਇਹ ਚਾਰ ਮੇਦਿਆਂ ਨੂੰ ਜਾਂਦੇ ਤੇ ਹੋਰ ਜੀਵੀਦਾਰਾਂ ਦਾ ਕੰਮ ਹੁੰਦਾ ਦਾ ਹਾਂਜੀ ਦੀਵਾਲੀ ਤੇ ਵੀ ਜਾਂਦੇ ਸੀ ਹਾਂ ਦੀਵਾਲੀ ਦੇ ਬਰਸਰ ਹਾਂ ਦੀਵਾਲੀ ਨੂੰ ਭਾਂਡੇ ਲੈ ਕੇ ਜਾਂਦੇ ਤੇ ਹਾਂ ਹਾਂਜੀ ਉੱਥੇ ਵੀ ਬਹੁਤ ਵਿਗਦੇ ਪਰ ਹੁਣ ਇੱਥੇ ਹੀ ਕਹਿੰਦੇ ਇੱਥੇ ਰਹਿ ਕੇ ਵਿਕੀ ਜਾਂਦੇ ਆ ਹੁਣ ਇੱਥੇ ਹੀ ਵਿਕੀ ਜਾਂਦੇ ਆ ਉਰੀ ਕੋਈ ਤੋੜਾ ਨਹੀਂ ਹੈ ਹੂੰ ਬਾਹਲੇ ਮੁਲਕ ਤੇ ਵੀ ਆਉਨੇ ਆ ਹੂੰ ਉਰੀ ਕੋਰੀਅਲ ਕਰਦੇ ਆ ਹੂੰ ਸਾਡੇ 4 ਟਨ ਸਮਾਨ ਹੁਣ ਬਾਬਾ ਲੈ ਗਿਆ ਹਜੂਰ ਸਾਹਿਬ ਅੱਛਾ ਤੇ ਜਿਵੇਂ ਤੁਸੀਂ ਇਹਨਾਂ ਨੂੰ ਸਰਬ ਲੋਹ ਮਤਲਬ ਕਿ ਪਿਓਰ ਜਿਹੜਾ ਲੋਹਾ ਸ਼ੁੱਧ ਲੋਹਾ ਸਰਬ ਲੋਕੀ ਪੂਰੀ ਤਰ੍ਹਾਂ ਦੇ ਨਾਲ ਉਹ ਲੋਹ ਹਾਈ ਹੁੰਦਾ ਫਿਰ ਤੁਸੀਂ ਇਹਦੀ ਜਿਹੜੀ ਗੁਣਵਤਾ ਆ ਉਹਦਾ ਧਿਆਨ ਕਿੱਦਾਂ ਰੱਖਦੇ ਆ ਕੀ ਤੁਹਾਡਾ ਜਿਹੜਾ ਪਿੰਡ ਕੜੂਆ ਹੈਗਾ ਇੱਥੇ ਕੋਈ ਖਾਸ ਲੋਹਾ ਆਉਂਦਾ ਹੈਗਾ ਜਿਹੜੇ ਇੰਨੇ ਤੁਹਾਡੇ ਜਿਹੜੇ ਹੈਗੇ ਬਰਤਨ ਪਰਚਲਿਤ ਹੋਏ ਆ ਜਿਹਨੇ ਬਰਤਨ ਬੰਦੇ ਆ ਨਰਮਲ ਉਹਦੇ ਬੰਦੇ ਆ ਉਹ ਨੌਨ ਗੈਲੋਹਾ ਖੁਰਦਾ ਹੈ ਬਿਮਾਰੀਆਂ ਨਹੀਂ ਲੱਗਦੀਆਂ ਕੋਈ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਸੋਗਰ ਨਹੀਂ ਹੁੰਦਾ ਸਭ ਮਰ ਜਾਂਦਾ ਹਰਦਿੰਗ ਤੁਸੀਂ ਆਪ ਵੀ ਇੱਥੇ ਸਰਬ ਲੋਹ ਦੇ ਬਰਤਨ ਵਰਤਦੇ ਹੈਗੇ ਕਿ ਜਾਂ ਤੁਹਾਡੇ ਘਰਾਂ 'ਚ ਸਟੀਲ ਦੇ ਵੀ ਹੈ ਹਾਂ ਜੀ ਸਰਬ ਲੋਹ ਦੇ ਬਰਤਨ ਵਰਤਦੇ ਹੋ ਹੋਰ ਜੀ ਸੋ ਇੱਧਰ ਬਾਬਾਈ ਦੇ ਪੁੱਤਰ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ ਸੋ ਅੱਜ ਅਸੀਂ ਪਿੰਡ ਘੜੂਆ ਵਿਖੇ ਆਇਆ ਜਿੱਥੋਂ ਦੇ ਸਰਬ ਲੋਹ ਦੇ ਬਰਤਨ ਪੂਰੀ ਦੁਨੀਆ ਦੇ ਵਿੱਚ ਜਾਂਦੇ ਹੈਗੇ ਨੇ ਔਰ ਸਰਬ ਲੋਹ ਦੇ ਸਾਡੇ ਸਰੀਰ ਨੂੰ ਕੀ ਕੀ ਫਾਇਦੇ ਹੈਗੇ ਆ ਗੁਰੂ ਸਾਹਿਬ ਨੇ ਤਾਂ ਆਪਣੇ ਸਿੱਖਾਂ ਨੂੰ ਸਰਬ ਲੋਹ ਦੇ ਬਰਤਨਾਂ ਦੇ ਵਿੱਚ ਖਾਣ ਦਾ ਜਿਹੜਾ ਹੁਕਮ ਸੀ ਉਹ ਕੀਤਾ ਹੀ ਸੀਗਾ ਉਹਨਾਂ ਨੇ ਜਿਹੜਾ ਅੰਮ੍ਰਿਤ ਪਾਨ ਕਰਾਇਆ ਸੀਗਾ ਉਹ ਸਰਬ ਲੋਹ ਦੇ ਬਾਟੇ ਵਿੱਚੋਂ ਕਰਾਇਆ ਸੀਗਾ ਪਰ ਅੱਜ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਸਰਬ ਲੋਹ ਦੇ ਜਿਹੜੇ ਬਰਤਨ ਦੇ ਵਿੱਚ ਖਾਣਾ ਖਾਣ ਦੇ ਨਾਲ ਜਾਂ ਖਾਣਾ ਪਕਾਉਣ ਦੇ ਨਾਲ ਸਰੀਰ ਨੂੰ ਜਿਹੜੀਆਂ ਨੇ ਉਹ ਬਿਮਾਰੀਆਂ ਨਹੀਂ ਲੱਗਦੀਆਂ ਹੈਗੀਆਂ ਪਰ ਅੱਜ ਇਹ ਪਿੰਡ ਦੇ ਵਿੱਚ ਆਏ ਆ ਇਹਨਾਂ ਨੂੰ ਵਰਦਾਨ ਪ੍ਰਾਪਤ ਹੈਗਾ ਔਰ ਅੱਜ ਵੀ ਇਸ ਪਿੰਡ ਦੇ ਜਿਹੜੇ ਬਰਤਨ ਹੈਗੇ ਆ ਪੂਰੀ ਦੁਨੀਆ ਦੇ ਵਿੱਚ ਪ੍ਰਚਲਿਤ ਨੇ ਸਾਡੇ ਨਾਲ ਜਿਹੜੇ ਹੈਗੇ ਨੇ ਬਲਬੀਰ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦੇ ਪਿਤਾ ਬਾਬਾ ਨਛੱਤਰ ਸਿੰਘ ਜਿਹੜੇ ਸੀਗੇ ਪਹਿਲਾਂ ਇਹ ਕੰਮ ਕਰਦੇ ਸੀਗੇ ਔਰ ਬਹੁਤ ਹੀ ਉਹ ਮੰਨਿਆ ਪਰਮੰਨਿਆ ਚਿਹਰਾ ਰਹਿ ਆ ਬਹੁਤ ਸਾਰੇ ਇੰਟਰਵਿਊਜ਼ ਉਹਨਾਂ ਦੇ ਹੋਏ ਹੈਗੇ ਸੋ ਅੱਗੋਂ ਉਹਨਾਂ ਦੇ ਜਿਹੜੇ ਪੁੱਤਰ ਨੇ ਇਸ ਕੰਮ ਨੂੰ ਸੰਭਾਲ ਲਿਆ ਆ ਤਕਰੀਬਨ 10 ਦੇ ਕਰੀਬ ਇਸ ਪਿੰਡ ਦੇ ਵਿੱਚ ਅੱਜ ਵੀ ਘਰ ਨੇ ਜਿਹੜੇ ਇਹੀ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਸਰਬ ਲੋਹ ਦੇ ਬਰਤਨ ਬਣਾਉਣ ਨੂੰ ਸੋ ਪਿੰਡ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਤੁਸੀਂ ਚਮਚੇ ਤੋਂ ਲੈ ਕੇ ਕੋਈ ਵੀ ਵੱਡੇ ਤੋਂ ਵੱਡਾ ਬਰਤਨ ਜਿਹੜਾ ਹੈਗਾ ਉਹ ਇੱਥੇ ਜਿਹੜਾ ਮਿਲ ਜਾਂਦਾ ਹੈਗਾ ਸੋ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਤੁਸੀਂ ਸਰਬਲੋਹ ਦੇ ਬਰਤਨ ਬਣਾਉਣਾ ਆਪਣੇ ਪਿਤਾ ਜੀ ਤੋਂ ਸਿੱਖਿਆ ਸੀਗਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਬਣਾਉਂਦੇ ਹੋਏ ਮੰਨੋ ਜੀ ਤਕਰੀਬਨ ਸਨ 84 ਦਾ ਮਹੀਨੇ ਨਾਲ ਲੱਗਿਆ ਜੀ ਹਮ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਅੱਛਾ ਜੀ ਅੱਛਾ ਤੁਹਾਨੂੰ ਕਿੱਦਾਂ ਪ੍ਰੇਰਣਾ ਆਈ ਤੁਹਾਡੇ ਪਿਤਾ ਜੀ ਇਹ ਕੰਮ ਕਰਦੇ ਸੀਗੇ ਇਹ ਦੇਖ ਕੇ ਜਾਂ ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਇੱਥੋਂ ਨੂੰ ਵਾਰ ਦਿੱਤਾ ਸੀਗਾ ਇੱਥੋਂ ਦਾ ਬਾਟਾ ਜਿਹੜਾ ਕਿਹਾ ਜਾਂਦਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਪਾਨ ਦੇ ਲਈ ਗਿਆ ਸੀਗਾ ਸੋ ਇਹਦੀ ਹਿਸਟਰੀ ਨੂੰ ਵੇਖ ਕੇ ਤੁਸੀਂ ਇਹਦੇ ਨਾਲ ਜੁੜੇ ਆ ਜਾਂ ਤੁਸੀਂ ਆਪਣੇ ਪਿਤਾ ਨੂੰ ਕੰਮ ਕਰਦੇ ਦੇਖਿਆ ਉਸ ਤੋਂ ਬਾਅਦ ਤੁਸੀਂ ਇਸ ਕੰਮ ਨੂੰ ਚੁਣਿਆ ਸਭ ਤੋਂ ਪਹਿਲਾਂ ਤਾਂ ਇਹ ਸਾਡੀ 8ਵੀਂ ਪੁਸਤ ਹੈ ਇਹ ਹੀ ਕਰਮ ਸਰਬ ਲੋਕੀ ਵਰਤਣੇ ਬਣਾਉਂਦੇ ਹੁੰਦੇ ਹੂੰ ਤਾਂ ਉਹਨੇ ਮੈਂ ਇਹਨਾਂ ਤੋਂ ਹੀ ਕੰਮ ਸਿੱਖਿਆ ਆਪਣੇ ਪਿਤਾ ਜੀ ਦੇ ਕੋਲੋਂ ਹਮ ਹੁਣ ਵੀ ਹੁਣ ਮੈਂ ਇਕੱਲਾ ਵੀ ਕੰਮ ਕਰ ਸਕਦਾ ਕੋਈ ਐਸੀ ਗੱਲ ਨਹੀਂ ਹੈ ਜੀ ਜੀ ਤੇ ਜੇ ਮੈਂ ਤੁਹਾਡੀ ਗੱਲ ਕਰਾਂ ਤਾਂ ਇਸ ਦੁਕਾਨ ਦੇ ਵਿੱਚ ਬੈਠੇ ਤੁਸੀਂ ਕੀ ਕੀ ਬਣਾ ਲੈਂਦੇ ਹੋ ਕਿਹੜੇ ਕਿਹੜੇ ਸਰਬ ਲੋ ਦੇ ਬਰਤਨ ਜਾਂ ਮੈਂ ਕਹਾਂ ਚੀਜ਼ਾਂ ਤੁਸੀਂ ਬਣਾ ਲੈਂਦੇ ਜਿਵੇਂ ਬਾਬਾ ਜੀ ਕਹਿ ਰਹੇ ਸੀ ਹਜੂਰ ਸਾਹਿਬ ਕੜਾਈ ਬਣਾ ਕੜਾਇਆ ਵੱਡਾ ਬਣਾ ਕੇ ਆਏ ਸੀਗੇ ਤੁਸੀਂ ਦੱਸੋ ਇੱਥੇ ਕੀ ਕੀ ਬਣਦਾ ਹੈਗਾ ਅੱਛਾ ਚਮਚੋ ਤੋਂ ਲੈ ਕੇ ਰਸੋਈ ਦਾ ਸਾਰਾ ਸਮਾਨ ਬਣਦਾ ਹੈ ਹਮ ਗੁਰਦੁਆਰਾ ਸਾਹਿਬ ਦਾ ਸਾਰਾ ਸਮਾਨ ਬਣਦਾ ਜੀ ਅਮਰਤ ਸੰਚਾਰ ਵਾਲੇ ਬਰਤਨ ਬਣਦੇ ਨੇ ਕਾਂਡਾ ਵਾਟਾ ਜੀ ਅੱਛਾ ਜਿੱਦਾਂ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੇ ਕਿੱਤੇ ਨੇ ਉਹ ਪੁਰਾਣੇ ਸਮਿਆਂ ਦੇ ਸਿਗੇ ਜਦ ਕਾਰੀਗਰਾਂ ਦੇ ਹੱਥਾਂ ਦੀ ਚੀਜ਼ ਦੀ ਬੜੀ ਕਦਰ ਰਹਿੰਦੀ ਸੀਗੀ ਹਨਾ ਪਰ ਅੱਜ ਜਿੱਦਾਂ ਸਮਾਂ ਬਦਲਿਆ ਹੈਗਾ ਤੇ ਹੱਥਾਂ ਦੀ ਬਣੀ ਚੀਜ਼ ਦੀ ਬੜੀ ਕਦਰ ਘਟੀ ਹੈ ਇਹੀ ਵਜ੍ਹਾ ਹੈ ਕਿ ਅੱਜ ਸਾਡੇ ਕੋਲੋਂ ਠਠਿਆਰ ਤਰਖਾਨ ਇਹ ਸਾਰੇ ਘੱਡੇ ਹੈਗੇ ਆ ਪਰ ਤੁਸੀਂ ਆਪਣੇ ਇਸ ਲੋਹਾਰ ਵਾਲੇ ਕੰਮ ਨੂੰ ਕਿੱਦਾਂ ਦੇਖ ਰਹੇ ਹੈਗੇ ਹੋ ਇਹਦੇ ਵਿੱਚ ਕਿੰਨੀ ਕੁ ਬਰਕਤ ਹੈਗੀ ਹੈ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਹਾਂ ਲੋਕ ਵੀ ਇਹ ਚੀਜ਼ ਨੂੰ ਸਮਝ ਰਹੇ ਹੈਗੇ ਆ ਹਾਂਜੀ ਇਹ ਸਾਡਾ ਹੀ ਜਿਹੜਾ ਰੋਜੀ ਰੋਟੀ ਹੈ ਇਸੇ ਤੇ ਕੰਮ ਤੇ ਆ ਜੀ ਬਰਤਨਾਂ ਦੇ ਸਰ ਤੇ ਹਾਂਜੀ ਤੇ ਇਹ ਵਧੀਆ ਕੀਤਾ ਚੱਲੀ ਜਾਂਦਾ ਅੱਜ ਵੀ ਕਦਰ ਹੈ ਸਰਬ ਲੋਹ ਦੇ ਬਨੇ ਬਰਤਨਾਂ ਦੀ ਹਾਂਜੀ ਬਹੁਤ ਜ਼ਿਆਦਾ ਜੀ ਸਾਤੇ ਪੂਰਾ ਨਹੀਂ ਹੋ ਰਿਹਾ ਜੀ ਹਾਂਜੀ ਮਹਾਰਾਜੀ ਬਖਸ਼ਿਸ਼ ਹੈ ਸਤਿਮੇ ਪਾਚਾਈ ਗੁਰੂ ਹਰ Rai ਸਾਹਿਬ ਦੀ ਜੀ ਜੀ ਸੋ ਜਦੋਂ ਤੁਹਾਡੇ ਕੋਲ ਕੋਈ ਸੰਗਤ ਜਾਂ ਜਿੱਦਾਂ ਕੋਈ ਆਂਦਾ ਆ ਇੱਥੇ ਖਰੀਦਣ ਦੇ ਲਈ ਤੇ ਉਹ ਕਿਦਾਂ ਮਤਲਬ ਕਿ ਉਹ ਗੁਰੂ ਸਾਹਿਬ ਦੇ ਜਿਵੇਂ ਕਹ ਲੋ ਖਾਲਸੇ ਵਾਲੇ ਜ਼ਿਆਦਾ ਲੋਕ ਆਉਂਦੇ ਹੈਗੇ ਆ ਜਾਂ ਆਮ ਲੋਕ ਤੁਹਾਡੇ ਕੋਲ ਜ਼ਿਆਦਾ ਆਉਂਦੇ ਹੈਗੇ ਸਰਬ ਲੋ ਦੇ ਬਰਤਨ ਖਰੀਦਣ ਦੇ ਨਿਹੰਗ ਸਿੰਘ ਵੀ ਆਉਂਨੇ ਬਾਕੀ ਆਮ ਘਰਾਂ ਦੇ ਵਿੱਚ ਵੀ ਯੂਜ਼ ਕੀਤੇ ਜਾਂਦੇ ਨੇ ਹੁਣ ਗੁਰਦੁਆਰਾ ਸਾਹਿਬ ਤੋਂ ਉਹਨਾਂ ਨੂੰ ਪਤਾ ਲੱਗਿਆ ਹੈ ਵੀ ਇਹ ਬਰਤਨਾਂ ਦੇ ਵਿੱਚ ਛਕਣਾ ਹੈ ਹਮ ਅੱਛਾ ਹਾਂਜੀ ਤੇ ਤੁਹਾਡੇ ਬਰਤਨ ਜਿਵੇਂ ਬਾਬਾ ਜੀ ਕਹਰੇ ਕੋਰੀਅਰ ਕਰਕੇ ਬਾਹਰ ਵੀ ਭੇਜਦੇ ਹੈਗੇ ਆ ਤੇ ਫਿਰ ਉਹ ਤੁਹਾਨੂੰ ਕੀ ਕਹਿੰਦੇ ਆ ਕਿਦਾਂ ਤੁਹਾਡੇ ਤੋਂ ਬਰਤਨ ਮੰਗਵਾਉਂਦੇ ਆ ਉਹ ਸਾਨੂੰ ਫੋਨ ਆਉਂਦੇ ਹੀ ਉਹਨਾਂ ਦੇ ਬਕਾਇਦਾ ਜੀ ਫੋਨ ਤੇ ਜਿਸ ਟਾਈਮ ਫੋਨ ਕਰਦੇ ਆ ਉਸ ਟਾਈਮ ਪੰਜ ਚਾਰ ਦਿਨ ਬਾਅਦ ਤਿਆਰ ਕਰਕੇ ਸਮਾਨ ਜੀ ਉਹਨਾਂ ਦਾ ਕੋਰੀਅਰ ਕਰਾ ਦਿੰਦੇ ਜੀ ਜੀ ਬਾਕੀ ਉਹ ਪੈਸੇ ਜਿਹੜੇ ਸਾਡੇ ਅਕਾਊਂਟ ਦੇ ਵਿੱਚ ਪਾ ਦਿੰਦੇ ਤੁਹਾਡੇ ਅਕਾਊਂਟ ਦੇ ਵਿੱਚ ਹਾਂਜੀ ਹਾਂਜੀ ਤੁਸੀਂ ਜਿਵੇਂ ਅਸੀਂ ਬਾਬਾ ਜੀ ਤੋਂ ਪੁੱਛ ਰਹੇ ਸੀਗੇ ਕਿ ਸਰਬ ਲੋਹ ਜਾਨੀ ਕਿ ਪਿਓਰ ਲੋਹਾ ਕੋਈ ਵੀ ਚੀਜ਼ ਹੈ ਉਹ ਉਦੋਂ ਹੀ ਬਣੀ ਰਹਿੰਦੀ ਹੈ ਬਾਜ਼ਾਰ ਦੇ ਵਿੱਚ ਜਦੋਂ ਉਹਦੀ ਉਹਦੇ ਨਾਲ ਦੀ ਚੀਜ਼ ਕਿਤੇ ਹੋਰ ਨਹੀਂ ਮਿਲਦੀ ਜੇ ਮੈਂ ਤੁਹਾਡੇ ਇੱਥੋਂ ਦੇ ਪਿੰਡ ਕੜੂਆ ਦੇ ਗੱਲ ਕਰਾਂ ਤਾਂ ਗੁਰੂ ਸਾਹਿਬ ਦਾ ਵਰਦਾਨ ਤਾਂ ਹੈ ਹੀ ਪਰ ਇਸ ਦੇ ਇਲਾਵਾ ਤੁਸੀਂ ਆਪਣੇ ਤੌਰ ਤੇ ਕਿਹੜੀ ਚੀਜ਼ ਦਾ ਧਿਆਨ ਰੱਖਦੇ ਹੋ ਕਿ ਇਹ ਸਰਬ ਲੋ ਦੇ ਬਰਤਨ-ਵਰਤਨ ਨੂੰ ਗੁਰੂ ਨੇ ਕਿਹਾ ਤੇ ਵਾਰ ਵੀ ਇਸ ਪਿੰਡ ਨੂੰ ਉਹਨਾਂ ਨੇ ਦਿੱਤਾ ਤਾਂ ਤੁਹਾਡੇ ਦਿਮਾਗ 'ਚ ਕੀ ਰਹਿੰਦਾ ਹੈਗਾ ਕਿ ਹਾਂ ਜੇ ਸੰਗਤ ਆਈ ਹੈ ਤੇ ਸਾਡੇ ਕੋਲ ਉਹੀ ਠੇਠ ਚੀਜ਼ ਲੈ ਕੇ ਜਾਵੇ ਜਿਹੜੀ ਉਹ ਲੈਣ ਆਈ ਹੈਗੀ ਹੈ ਕਿਉਂਕਿ ਅੱਜ ਮਿਲਾਵਟ ਦਾ ਜ਼ਮਾਨਾ ਹੈ ਠੀਕ ਹੈ ਪਾਣੀ ਤੋਂ ਲੈ ਕੇ ਕੋਈ ਵੀ ਚੀਜ਼ ਸਾਡੇ ਤੋਂ ਬਿਨਾ ਮਿਲਾਵਟ ਦੇ ਨਹੀਂ ਆਉਂਦੀ ਪਰ ਤੁਸੀਂ ਕਿਹੜੀ ਚੀਜ਼ ਦਾ ਧਿਆਨ ਰੱਖਦੇ ਹੋ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ ਜ ਲੋਹੇ ਦੇ ਵਿੱਚ ਨਾ ਹੀ ਇੱਥੇ ਸ਼ੀਟ ਬਣੀ ਹੈ ਸ਼ੀਟਾਂ ਆਉਂਦੀਆਂ ਹੀ ਵਾਰ ਤੇ ਅੱਛਾ ਵਾਕਈ ਸੀ ਇਹਨਾਂ ਨੂੰ ਕੱਟ ਕੇ ਪੀਸ ਕੱਟ ਕੇ ਗਰਮ ਕਰਕੇ ਫੇਰ ਬਣਾਉਂਦੇ ਆਂ ਜੀ ਅਜਾ ਥੋੜਾ ਜਿਹਾ ਮੈਨੂੰ ਦੱਸੋ ਕਿ ਕੀ ਕੀ ਤੁਹਾਡਾ ਕੰਮ ਰਹਿੰਦਾ ਹੈਗਾ ਜਿਵੇਂ ਪਹਿਲਾਂ ਲੋਹੇ ਦੀ ਸੀਟ ਤੋਂ ਤੁਸੀਂ ਜਿਵੇਂ ਇੱਕ ਮੰਨ ਲਓ ਬਾਟਾ ਤਿਆਰ ਕਰਨਾ ਆ ਅੰਮ੍ਰਿਤਪਾਨ ਦੇ ਲਈ ਤੇ ਕੀ ਕੀ ਪ੍ਰੋਸੈਸ ਰਹਿੰਦਾ ਕਿਦਾਂ ਤੁਸੀਂ ਤਿਆਰ ਕਰਦੇ ਆ ਬਾਟਾ ਇਹ ਪਹਿਲਾਂ ਤਾਂ ਸਰਕਲ ਕੱਟਣਾ ਸਰਕਲ ਕੱਟ ਕੇ ਡੋਂਗਾ ਕਰਨਾ ਹੈ ਹੂੰ ਡੋਂਗਾ ਕਰਕੇ ਫਿਰ ਉਹਦੀ ਕਟਾਈ ਕਰਨੀ ਹੈ ਹੂੰ ਹਾਂਜੀ ਜੀ ਹੁਣ ਇਹ ਆ ਬਾਟਾ ਇਹ ਮੇਰੇ ਕੋਲ ਇਹਦੇ ਹਲੇ ਅਸੀਂ ਕਟਾਈ ਕਰਨੀ ਹੈ ਜੀ ਅੱਛਾ ਇਸ ਤਰ੍ਹਾਂ ਤੁਸੀਂ ਸ਼ੀਟ ਤੋਂ ਹਜੇ ਇਹਦੇ ਵਿੱਚ ਇਹਨੂੰ ਬਸ ਹਜੇ ਇਹਦੀ ਸ਼ੇਪ ਦਿੱਤੀ ਹੈ ਹਨਾ ਕਹਿ ਲਓ ਆਕਾਰ ਦਿੱਤਾ ਇਹਨੂੰ ਇਹ ਤਿਆਰ ਹੈ ਅੱਛਾ ਇਹ ਤਿਆਰ ਹੈ ਇਹਨਾਂ ਦੋਨਾਂ 'ਚ ਕੀ ਫਰਕ ਹੈ ਮੈਨੂੰ ਤਾਂ ਦੋਨੋਂ ਇੱਕੋ ਜਿਕੇ ਲੱਗੀ ਜਾਂਦੇ ਨੇ ਨਹੀਂ ਇੱਕੋ ਜਕੇ ਨਹੀਂ ਹੈ ਇਹ ਦੇਖੋ ਜਿੱਦਾਂ ਆਪਾਂ ਕੱਪੜੇ ਨੂੰ ਪ੍ਰੈਸ ਕਰਦੇ ਹਾਂ ਇਹ ਕਟਾਈ ਕਰਨ ਦੇ ਨਾਲ ਇਦਾਂ ਪ੍ਰੈਸ ਹੋਇਆ ਪਈ ਹੈ ਹੂੰ ਹੁਣ ਆਹ ਦੇਖੋ ਇਹਦੇ ਵਿੱਚ ਡੈਂਟ ਪਿਆ ਹੈ ਅੱਛਾ ਹਾਂ ਥੋੜੇ ਜਿਹੇ ਨਿਸ਼ਾਨ ਹੈ ਫਿਰ ਜਿਸ ਟਾਈਮ ਤੁਸੀਂ ਤਲਪਾਈ ਕਰਨੀ ਹੈ ਕੋਈ ਡੈਂਟ ਨਹੀਂ ਰਹੂਗਾ ਇਹਦੇ ਵਿੱਚ ਜੀ ਸੋ ਇਹ ਕਿਹੋ ਜਿਹਾ ਬਾਟਾ ਬਣਾਉਣ ਤੇ ਕਿੰਨਾ ਸਮਾਂ ਲੱਗਦਾ ਐ ਐਸਾ ਬਾਟਾ ਛੋਟਾ ਜਿਹਾ ਇਹਦਾ ਹੂੰ ਮਤਲਬ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਜਿੱਦਾਂ ਕਿੰਨਾ ਇੱਕ ਇੱਕ ਘੰਟਾ ਜਾਂ ਅੱਧਾ ਘੰਟੇ ਚ ਤਿਆਰ ਹੋ ਜਾਂਦਾ ਇਹਦਾ ਅੱਛਾ ਅੱਧੇ ਇੱਕ ਘੰਟੇ ਚ ਪਹਿਲਾਂ ਸ਼ੀਟ ਤੋਂ ਕੱਟ ਕੇ ਫਿਰ ਕੁਟਾਈ ਕਰਕੇ ਅੱਧੇ ਘੰਟੇ ਚ ਬਾਟਾ ਤਿਆਰ ਹੋ ਜਾਂਦਾ ਹਾਂਜੀ ਹਾਂਜੀ ਤੇ ਅੱਜ ਵੀ ਜਿਵੇਂ ਗੁਰੂ ਸਾਹਿਬ ਦੇ ਬਾਰੇ ਕਿਹਾ ਜਾਂਦਾ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਇਸ ਪਿੰਡ ਤੋਂ ਬਾਟਾ ਗਿਆ ਸੀਗਾ ਤੇ ਅੱਜ ਵੀ ਜਿੱਥੇ ਅੰਮ੍ਰਿਤਮਾਨ ਕਰਾਇਆ ਜਾਂਦਾ ਹੈ ਤੁਹਾਡੇ ਜਿਹੜੇ ਬਾਟੇ ਨੇ ਸਰਬ ਲੋਹ ਦੇ ਉੱਥੇ ਜਾਂਦੇ ਆ ਹਾਂਜੀ ਹਾਂਜੀ ਜਾਂਦੇ ਆ ਲੈ ਇੱਥੋਂ ਹੀ ਹਾਂਜੀ ਹੋਰ ਕਿਤੇ ਬਾਟਾ ਜੀ ਬਾਟਾ ਨਹੀਂ ਬਣਿਆ ਕੜਾਈਆਂ ਕੜਾਹੇ ਵਗੈਰਾ ਤਾਂ ਬਣੇ ਜਾਂਦੇ ਆ ਹੋਰ ਪਿੰਡਾਂ 'ਚ ਸ਼ਹਿਰਾਂ 'ਚ ਵੀ ਬਣਦੇ ਜਾਂਦੇ ਆ ਪਰ ਜਿਹੜੇ ਬਰਤਨ ਐ ਇਹ ਬਾਟੇ ਐ ਚਮਚਾ ਥਾਲੀ ਕੌਲੀ ਪਰਾਤ ਇਹ ਸਾਰਾ ਗੜਵੀ ਇਹ ਸਾਰਾ ਕੁਝ ਇੱਥੇ ਹੀ ਬਣਦਾ ਹੈ ਅੱਛਾ ਉਹ ਜਿਹੜੀ ਹੈਗਾ ਉਹ ਨੁਕਤਾ ਤੁਹਾਡੇ ਕੋਲ ਹੀ ਹੈਗਾ ਸੋ ਅੱਜ ਵੀ ਅੰਮ੍ਰਿਤ ਪਾਣ ਲਈ ਇੱਥੋਂ ਬਾਟੇ ਜਾਂਦੇ ਹਾਂਜੀ ਹਾਂਜੀ ਜਾਂਦੇ ਜੀ ਜੀ ਇਹ ਕੀ ਖਾਸੀਅਤ ਹੈ ਕਿ ਹੋਰ ਕੋਈ ਨਹੀਂ ਬਣਾ ਪਾਇਆ ਹੈਗਾ ਜਾਂ ਕਿਵੇਂ ਕੀ ਇਹ ਸਪਿੰਡ ਨੂੰ ਵਰਦਾਨ ਹੈ ਇਸ ਕਰਕੇ ਨਹੀਂ ਕਿਸੇ ਨੇ ਬਣਾਇਆ ਇਹ ਬਰਮਲੇ ਸਤਵੇਂ ਪਾਚਾਈ ਦਾ ਜੀ ਕੀ ਵਾਰ ਸੀਗਾ ਕੀ ਵਾਰ ਸੀਗਾ ਕਹਿੰਦੇ ਭਾਈ ਤੁਹਾਡੇ ਕਿਸੇ ਟਾਈਮ ਇੱਥੇ ਗੁਰੂ ਸਾਹਿਬ ਆਏ ਤੇ ਗੁਰਦੁਆਰਾ ਸਾਹਿਬ ਜੀ ਕੋਈ ਕਿਸੇ ਸਾਡੇ ਬਜ਼ੁਰਗ ਦੇਗ ਬਣਾ ਕੇ ਲੈ ਕੇ ਬਾਟੇ ਦੇ ਵਿੱਚ ਅੱਛਾ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਰੱਖਤਾ ਦੇਗ ਸਾਹਿਬ ਹੀ ਅੱਛਾ ਹਾਂਜੀ ਹਾਂਜੀ ਤੇ ਉਹ ਫੇਰ ਵਰਦਾਨ ਦੇ ਗਏ ਤੇ ਭਾਈ ਤੁਹਾਡੇ ਕਿਸੇ ਟਾਈਮ ਇਹ ਸੋਨੇ چاندی ਦੇ ਭਾਅ ਵਿਕਣਗੇ। ਹੂੰ। ਉਸ ਉਹਨਾਂ ਦੇ ਇੱਕ ਵਜਨ ਹੈ ਜਿਹੜੇ ਪੂਰੇ ਹੋ ਰਹੇ ਨੇ। ਜੀ। ਹਾਂ ਜੀ। ਸੋ ਅੱਜ ਜਦੋਂ ਸਿੰਘ ਤੁਹਾਡੇ ਕੋਲ ਆਉਂਦੇ ਆ ਤੇ ਆ ਕੇ ਤੁਹਾਡੇ ਕੋਲ ਜਦੋਂ ਬਰਤਨ ਲੈ ਕੇ ਜਾਂਦੇ ਆ ਤਾਂ ਕਈ ਨਿਹੰਗ ਸਿੰਘ ਕਈ ਬਹੁਤ ਕਰਨੀ ਵਾਲੇ ਹੈਗੇ ਤੇ ਫਿਰ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤੁਹਾਡੇ ਇਸ ਪਿੰਡ 'ਚ ਅੱਜ ਵੀ ਲਾਈਕ ਕਹਿ ਲੋ ਕਿ ਹਨਾ ਆਮਦ ਰਹਿੰਦੀ ਏ ਚੰਗੇ ਲੋਕਾਂ ਦੀ ਤੇ ਤੁਹਾਨੂੰ ਕਿੱਦਾਂ ਲੱਗਦਾ ਹੈਗਾ? ਬਹੁਤ ਵਧੀਆ ਮਹਿਸੂਸਾਈ ਸਾਨੂੰ। ਹੂੰ। ਖਾਸ ਤੌਰ ਤੇ ਕੋਈ ਇਹੋ ਜੇ ਗੁਰੂ ਘਰ ਦੇ ਵਿੱਚ ਤੁਹਾਡੇ ਬਣਾਏ ਹੋਏ ਬਰਤਨ ਗਏ ਹੋਣ ਜਿਹੜਾ ਤੁਹਾਨੂੰ ਵੀ ਬੜਾ ਮਾਣ ਹੋਇਆ ਹੋਵੇ ਕਿ ਹਾਂ ਆਵਲੀ ਥਾਂ ਤੇ ਸਾਡੇ ਗਏ ਇੱਕ ਸਾਬ ਦਾ ਸਾਡਾ ਇਹ ਕੰਮ ਕਰਨ ਦਾ ਜਿਹੜੀ ਸੋਚ ਸੀਗੀ ਉਹ ਸਫਲ ਹੋ ਗਈ ਸਾਰੇ ਗੁਰਦੁਆਰਾ ਸਾਹਿਬ ਗਏ ਪੰਜਾਂ ਤਖਤਾਂ ਦੇ ਉੱਪਰ ਤੇ ਪਹੁੰਚੇ ਸਾਰੇ ਸਮਾਨ ਜੇ ਬਰਤਨ ਤੁਹਾਡੇ ਇੱਥੋਂ ਦੇ ਤਿਆਰ ਕੀਤੇ ਬਰਤਨ ਹਾਂਜੀ ਹਾਂਜੀ ਜੀ ਪੰਜਾਂ ਤਖਤਾਂ ਤੇ ਪਹੁੰਚੇ ਜੀ ਅੱਛਾ ਇੱਕ ਗੱਲ ਦੋਸਤੋ ਤੁਹਾਡੇ ਜਿਹੜੇ ਬੱਚੇ ਜਿਵੇਂ ਤੁਸੀਂ ਆਪਣੇ ਪਿਤਾ ਜੀ ਨੂੰ ਆ ਦੇਖ ਕੇ ਇਸ ਪਾਸੇ ਆਏ ਆ ਤੇ ਤੁਹਾਡੇ ਜਿਹੜੇ ਬੱਚੇ ਆ ਉਹ ਤੁਹਾਡੇ ਇਸ ਕੰਮ ਦੇ ਵਿੱਚ ਦਿਲਚਸਪੀ ਲੈਂਦੇ ਆ ਅੱਗੇ ਹਾਂਜੀ ਕਰਾਉਨੇ ਨਾਲ ਕੰਮ ਕੰਮ ਕਰਾਉਂਦੇ ਹਾਂ ਨੇ ਹੂੰ ਸੋ ਲੱਗਦਾ ਗੁਰੂ ਸਾਹਿਬ ਦਾ ਬਾਰ ਇੱਥੇ ਵਰਤਦਾ ਰਹੇਗਾ ਇੱਕ ਬੰਦੇ ਦਾ ਕੰਮ ਤਾਂ ਬਾਹਰ ਅੰਦਰ ਦਾ ਹੀ ਰਹਿੰਦਾ ਜੀ ਕਦੇ ਸਮਾਨ ਲਿਆਉ ਕਦੇ ਦੇਓਈ ਹਾਂਜੀ ਜੀ ਤੁਹਾਡੇ ਬੱਚੇ ਪੂਰਾ ਇਸ ਕੰਮ ਦੇ ਵਿੱਚ ਹੈਗੇ। ਹਾਂਜੀ ਹਾਂਜੀ। ਅੱਜ ਵੀ ਮੈਂ ਤੁਹਾਡੇ ਪਿੰਡ ਦੇ ਵਿੱਚ ਇਹ ਵੀ ਦੇਖੇਗੀ ਹੁਣ ਜਿਵੇਂ ਤੁਹਾਡੀ ਦੁਕਾਨ ਕਹਿ ਲਓ ਜਾਂ ਜਿੱਥੇ ਤੁਸੀਂ ਇਹ ਬਰਤਨ ਤਿਆਰ ਕਰਦੇ ਹੋ ਵਰਕਸ਼ਾਪ ਕਹਿ ਲਓ ਕਿ ਇਹ ਅਜੇ ਵੀ ਉਵੇਂ ਦੀ ਹੈ ਮੈਂ 3 ਸਾਲ ਪਹਿਲਾਂ ਆਈ ਸੀ ਉਦੋਂ ਵੀ ਐਵੇਂ ਸੀ ਪਰ ਅਸੀਂ ਦੇਖਿਆ ਬਾਹਰ ਬੜੀਆਂ ਸ਼ੋਰੂਮ ਟਾਈਪ ਜਿਹੜੀਆਂ ਹੈਗੀਆਂ ਉਹ ਵੀ ਬਣ ਗਿਆ ਹੈਗੀਆਂ ਤੇ ਤੁਹਾਡੇ ਨਹੀਂ ਦਿਲ ਚਾਹਦਾ ਕਿ ਅਸੀਂ ਵੀ ਹੁਣ ਇਹਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਵੱਡੀ ਦੁਕਾਨ ਪਾ ਦਈਏ ਜਾਂ ਕਿਵੇਂ ਕਰਨੇ ਤਿਆਰ ਹਲੇ ਹੀ ਹੁਣ ਕਰੂੰਗੇ ਤਿਆਰ ਸੋ ਤੁਹਾਡਾ ਵੀ ਇਰਾਦਾ ਕੀ ਹਾਂ ਤਿਆਰ ਕਰ ਲਈਏ ਕਰਨੇ ਹੀ ਤਿਆਰੀ ਸੋ ਤੁਹਾਡਾ ਇਹ ਕੀ ਵਰਕਸ਼ਾਪ ਵਾਂਗੂ ਬਣ ਜੇ ਹਾਂ ਜੀ ਜੀ ਸੋ ਮਤਲਬ ਕੀ ਇਹ ਕਿਤਾ ਤੁਸੀਂ ਅੱਗੇ ਵੀ ਲੰਬੇ ਸਮੇਂ ਦੇ ਲਈ ਜਾਰੀ ਰੱਖ ਹਾਂਜੀ ਹਾਂਜੀ ਚੱਲੂਗਾ ਇਹ ਮਹਾਰਾਜ ਦੇ ਬਖਸ਼ਿਸ਼ ਜਾਈ ਹੂੰ ਉਹਨਾਂ ਦੇ ਬਚਨ ਹੋਏ ਪਏ ਬੰਦ ਨਹੀਂ ਹੋ ਸਕਦਾ ਇੱਕ ਦਿਨ ਜੀ ਸੋ ਕਿੰਨੇ ਕੁ ਬਰਤਨ ਮੈਂ ਕਹਿ ਸਕਦੀ ਆ ਵਰਤ ਜਿਹੜੇ ਹੈਗੇ ਆ ਉਹ ਵਿਕ ਜਾਂਦੇ ਵਿਕ ਜਾਂਦੇ ਕਹਿ ਲਈਏ ਜਾਂ ਕਿਹੜਾ ਜ਼ਿਆਦਾ ਬਰਤਨ ਹੈ ਜਿਹੜਾ ਇੱਥੇ ਆ ਕੇ ਸੰਗਤ ਤੁਹਾਡੇ ਕੋਲ ਡਿਮਾਂਡ ਜ਼ਿਆਦਾ ਕਰਦੀ ਹੈ ਸਾਰੇ ਬਰਤਨ ਡਿਮਾਂਡ ਕਰਦੇ ਆ ਛੋਟੇ ਕੜਾਈ ਤੋਂ ਲੈ ਕੇ ਸਬਜੀ ਵਾਲੀ ਕੜਾਈ ਹੋਈ ਔਰ ਪਤੀਲਾ ਹੋਇਆ ਆਪਣਾ ਪਤੀਲੀ ਹੋਈ ਗੜਬੀ ਥਾਲੀ ਪਰਾਠ ਕੜਸੀ ਸਾਰੀ ਚੀਜ਼ਾਂ ਡਿਮਾਂਡ ਹੈ ਸੋ ਤੁਸੀਂ ਹਰ ਇੱਕ ਬਰਤਨ ਬਣਾ ਲਓ ਹਾਂਜੀ ਹਾਂਜੀ ਸਾਰਾ ਕੁਝ ਬਣਾ ਲਓ ਬਾਕੀ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ ਸਾਰੇ ਬਰਤਨ ਬਣੇ ਹੋਏ ਜੀ ਲਈ ਲੱਗਦਾ ਕਟਹੀ ਚਮਚਾ ਖਾੜੀ ਆ ਇਧਰ ਆ ਚਮਚ ਪਏ ਹੋਇਆ ਆ ਚਮਚਾ ਬਣਾਉਣਾ ਹੀ ਹਲੇ ਹੈ ਅੱਛਾ ਹਾਂਜੀ ਬਾਕੀ ਤਿਆਰ ਕਰੇ ਹੋਏ ਅੰਦਰ ਪਏ ਜੀ ਹਾਂਜੀ ਸੋ ਤੁਸੀਂ ਸਾਰੇ ਬਰਤਨ ਮਤਲਬ ਰੱਖੇ ਹੋਏ ਆ ਪਰ ਸਰਬ ਲੋਚ ਵੈਸੇ ਸਾਰਿਆਂ ਦੇ ਕੋਲੋਂ ਤਾਂ ਸਾਰੇ ਬਰਤਨ ਨਹੀਂ ਨਾ ਹੁੰਦੇ ਸਾਰਿਆਂ ਕੋਲੇ ਨਹੀਂ ਮਤਲਬ ਹਰ ਕੋਈ ਬਣਾ ਸਕਦਾ ਸਰਬ ਲੋਚ ਹਰ ਕੋਈ ਬਣਾ ਤਾਂ ਸਕਦੇ ਆਂ ਪਰੇ ਜਿਹੜਾ ਨਵਾਂ ਬੰਦਾ ਲੱਗੂ ਉਹਨੂੰ ਟਾਈਮ ਲੱਗੂ ਸਿੱਖਣਾਂ ਨੂੰ ਇਹ ਚਮਚੇ ਤੋਂ ਲੈ ਕੇ ਸਾਰਾ ਬਣਾਉਣੀ ਸਮਾਨ ਦੇ ਕੋਈ ਚਮਚਾ ਕੋਲੀ ਇਹ ਚਮਚਾ ਇਹ ਅੱਛਾ ਇਹ ਸਾਰਾ ਬਲੋ ਦਾ ਕੋਲੀ ਤੇ ਚਮਚਾ ਆ ਜੀ ਇਹ ਇਹ ਥਾਲੀ ਹੈ ਥਾਲੀ ਹੈ ਹਾਂ ਜੀ ਪਰ ਇਹ ਪਤਿੱਲਾ ਇਹ ਦੁੱਧ ਗਰਮ ਕਰਨ ਵਾਲਾ ਪਤਿੱਲਾ ਹਾਂ ਜੀ ਹਾਂ ਜੀ ਦੁੱਧ ਗਰਮ ਤਾਂ ਦੁੱਧ ਸਬਜ਼ੀ ਜੋ ਮਰਜ਼ੀ ਬਣਾ ਸਕਦੇ ਹੋ। ਅੱਛਾ। ਆ ਆ ਕੜਚੀ ਆ ਇਹ। ਹਾਂਜੀ। ਅੱਛਾ ਇਹ ਫਰਾਈਪੈਨ ਆ ਗਿਆ ਇਹ। ਜੀ। ਹਾਂ। ਇਹ ਭਾਟਾ ਗੁੰਨਣ ਵਾਸਤੇ ਪਰਾਠਾ। ਪਰਾਠਾ ਜੀ। ਹਾਂਜੀ। ਬਿਲਕੁਲ ਬਿਲਕੁਲ। ਹਾਂ। ਸੋ ਹਰ ਇੱਕ ਜਿਹੜਾ ਬਰਤਨ ਹੈਗਾ ਉਹ ਚਾਹੇ ਤੜਕੇਦਾਨੀ ਕਹਿ ਲਈਏ ਫਰਾਈਪੈਨ ਕਹਿ ਲਈਏ ਜਿਹੜੇ ਮਾਡਰਨ ਬਰਤਨ ਵੀ ਅਸੀਂ ਕਹਿ ਸਕਦੇ ਜਿਹੜੇ ਸਟੀਲ 'ਚ ਹੀ ਕਿਹਾ ਜਾਂਦਾ ਵੀ ਮਿਲਦੇ ਆ ਉਹ ਬਰਤਨ ਵੀ ਇਹ ਲੋਹੇ ਦੇ ਵਿੱਚ ਤਿਆਰ ਕਰ ਲੈਂਦੇ ਹੈਗੇ ਔਰ ਹਰ ਇੱਕ ਬਰਤਨ ਤੁਹਾਨੂੰ ਇੱਥੇ ਜਿਹੜਾ ਹੈਗਾ ਸਰਬ ਲੋ ਦੇ ਵਿੱਚ ਜਿਹੜਾ ਮਿਲ ਜਾਏਗਾ ਖਾਸ ਕਰਕੇ ਜਿਹੜੇ ਨਿਹੰਗ ਸਿੰਘ ਜਿਹੜੇ ਅੰਮ੍ਰਿਤਪਾਨ ਕਰ ਲੈਂਦੇ ਹੈਗੇ ਨੇ ਜਾਂ ਨਿਹੰਗੀ ਬਾਣਾ ਪਹਿਨਦੇ ਹੈਗੇ ਨੇ ਉਹ ਸਰਬ ਲੋ ਦੇ ਬਰਤਨਾਂ ਦਾ ਹੀ ਇਸਤੇਮਾਲ ਕਰਦੇ ਉਹਨਾਂ ਦੀ ਇਹ ਮਰਿਆਦਾ ਹੁੰਦੀ ਹੈਗੀ ਏ ਕਿ ਉਹਨਾਂ ਨੇ ਸਰਬ ਲੋ ਦੇ ਬਰਤਨਾਂ ਦੇ ਚੀ ਸ਼ਕਣਾ ਹੁੰਦਾ ਆ ਦੂਸਰੇ ਬਰਤਨਾਂ ਦੇ ਵਿੱਚ ਉਹ ਜਿਹੜਾ ਹੈ ਪ੍ਰਸ਼ਾਦਾ ਪਾਣੀ ਨਹੀਂ ਸ਼ਕਦੇ ਹੈਗੇ ਸੋ ਉਹ ਵੀ ਖਾਸ ਤੌਰ ਤੇ ਪਿੰਡ ਕੜੂਆ ਦੇ ਵਿੱਚ ਆਉਂਦੇ ਨੇ ਤੇ ਆਪਣੇ ਲਈ ਇੱਥੋਂ ਜਿਹੜੇ ਹੈਗੇ ਨੇ ਸਰਬ ਲੋ ਦੇ ਬਰਤਨ ਲੈ ਕੇ ਜਾਂਦੇ ਹੈਗੇ ਆ ਇਹੀ ਵਜ੍ਹਾ ਹੈਗਾ ਕਿ ਇੱਥੇ ਅੱਜ ਵੀ ਇਸ ਬਹੁਤ ਪੁਰਾਣੇ ਪਿਤਾ ਪੁਰਖੀ ਕਿੱਤੇ ਨੂੰ ਓਨੀ ਹੀ ਮਾਨਤਾ ਹੈਗੀ ਆ ਇਹਨਾਂ ਦੇ ਬੱਚੇ ਅੱਜ ਵੀ ਓਨੀ ਹੀ ਦਿਲਚਸਪੀ ਇਸ ਕਿੱਤੇ ਦੇ ਵਿੱਚ ਲੈਂਦੇ ਹੈਗੇ ਨੇ ਸੋ ਕੀ ਜਾਂਦੇ ਜਾਂਦੇ ਕੀ ਸੰਗਤ ਨੂੰ ਤੁਸੀਂ ਕਹਿਣਾ ਚਾਹੋਗੇ ਅ ਕਿ ਸਰਬ ਲੋਹ ਦੇ ਵਰਤਨਾ ਦੇ ਕੀ ਫਾਇਦੇ ਹੈਗੇ ਆ ਤੁਹਾਨੂੰ ਆਪ ਨੂੰ ਕੀ ਕੀ ਮਹਿਸੂਸ ਹੁੰਦਾ ਹੈ ਇਹ ਬਿਮਾਰੀਆਂ ਤਾਂ ਰਹਤ ਹੈ ਜੀ ਜਿਹੜੇ ਆਪਾਂ ਇਹ ਵਿੱਚ ਲੰਗਰ ਪਾਣੀ ਤਿਆਰ ਕਰੋਂਗੇ ਔਰ ਚੱਕੂਗੇ ਨਹੀਂ ਇਹ ਬਿਮਾਰੀਆਂ ਤਾਂ ਰਹਤ ਹੈ ਜੀ ਜੀ ਇੱਕ ਸਿੰਘ ਨੇ ਆ ਕੇ ਦੱਸਿਆ ਤਾਂ ਜੀ ਆਪਣਾ ਕਰੇਲੂ ਬੰਦਾ ਤਾਂ ਇਹੋ ਰਾਤ ਨੂੰ ਇੱਕ ਬਾਟਾ ਲੈ ਗਏ 15 ਦਿਨ ਬਾਅਦ ਸਾਡੇ ਕੋਲ ਫੇਰ ਆ ਗਏ ਅੱਛਾ ਕਹਿੰਦਾ ਵੀ ਮੇਰਾ ਸਰੀਰ ਬਿਲਕੁਲ ਠੀਕ ਹੈ ਜੀ ਇਸ ਟਾਈਮ ਹੂੰ ਉਹਦੇ ਸ਼ੁਗਰਵਾਦੀ ਸ਼ੁਗਰ ਵੀ ਨਾਰਮਲ ਹੋ ਗਈ ਕਹਿੰਦੇ ਅੱਛਾ ਫਿਰ ਉਸ ਤੋਂ ਬਾਅਦ ਸਾਥੇ ਆਪਣੇ ਜਿਹੜੇ ਉਹਨਾਂ ਦੇ ਪਰਿਵਾਰ ਦਾ ਸਾਰੇ ਪਰਿਵਾਰ ਵਾਸਤੇ ਲੈ ਕੇ ਵਰਤ ਅੱਛਾ ਫਿਰ ਸਾਰੇ ਪਰਿਵਾਰ ਨੂੰ ਲੈ ਕੇ ਸੋ ਇਹਦੇ ਮਤਲਬ ਬਹੁਤ ਫਾਇਦੇ ਆ ਗਏ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤੇ ਪੂਰੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਠੀਕ ਹੈ ਬਾਕੀ ਗੱਲ ਸਾਹਿਬ ਜੀ ਸੋ ਇਸ ਸੰ ਸਾਡੇ ਨਾਲ ਬਲਵੀਰ ਸਿੰਘ ਜੀ ਜੋ ਕਿ ਪੁੱਤਰ ਨਸ਼ਤਰ ਸਿੰਘ ਜੀ ਨੇ ਔਰ ਬਾਬਾ ਨਸ਼ਤਰ ਸਿੰਘ ਉਹਨਾਂ ਦੇ ਰੂਬਰੂ ਅਸੀਂ ਤੁਹਾਨੂੰ ਪਹਿਲਾਂ ਹੀ ਕਰਵਾ ਚੁੱਕੇ ਹੈਗੇ ਆਂ ਜਾਂਦੇ ਜਾਂਦੇ ਉਹਨਾਂ ਦੇ ਕੋਲੋਂ ਦੋ ਬੋਲ ਜ਼ਰੂਰ ਲਵਾਂਗੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੈਗੇ ਉਹ ਤੁਹਾਡੇ ਬਣਾਏ ਬਰਤਨ ਇੰਨੀ ਦੂਰ ਤੱਕ ਜਾ ਰਹੇ ਹੈਗੇ ਆ ਤੁਹਾਡੀ ਕੀ ਭਾਵਨਾ ਰਹਿੰਦੀ ਹੈ ਠੀਕ ਹੈ ਸਾਹਿਬ ਬਹੁਤ ਵਧੀਆ ਬਣਦਾ ਕੰਮ ਸਭ ਖਰਚਾ ਪੱਤਾ ਬੱਗੀ ਜਾਂਦਾ ਹਾਂ ਜੀ ਵੀ ਜਿਵੇਂ ਦੱਸ ਰਹੇ ਸੀਗੇ ਕਿ ਤੁਹਾਡੇ ਪੋਤੇ ਵੀ ਅੱਗੇ ਇਸ ਕੰਮ ਦੇ ਵਿੱਚ ਬਹੁਤ ਇੰਟਰਸਟ ਲੈਂਦੇ ਦਿਲਚਸਪੀ ਰੱਖਦੇ ਹੈਗੇ ਤੇ ਤੁਹਾਨੂੰ ਕਿੱਦਾਂ ਲੱਗਦਾ ਠੀਕ ਹੈ ਹੂੰ ਆ ਕਰਦੇ ਕੰਮ ਆਪਣਾ ਵਧੀਆ ਜੀ ਸੋ ਅ 에ਸਨ ਬਾਬਾ ਨੇ ਸ਼ਤਰ ਸਿੰਘ ਜੀ ਔਰ ਇੱਥੇ ਇਹਨਾਂ ਦੇ ਕੋਲ ਇੱਥੇ ਸਾਰੇ ਬਰਤਨ ਬੰਦੇ ਹੈਗੇ ਪਿੰਡ ਕੜੂਆ ਨੂੰ ਖਾਸ ਤੌਰ ਤੇ ਗੁਰੂ ਸਾਹਿਬ ਦਾ ਅ ਵਰ ਪ੍ਰਾਪਤ ਹੈਗਾ ਔਰ ਬਹੁਤ ਹੀ ਇਤਿਹਾਸਿਕ ਪਿੰਡ ਹੈਗਾ Hindu ਧਰਮ ਦੇ ਲਈ ਬਹੁਤ ਇਤਿਹਾਸਿਕ ਹੈ ਕਿਉਂਕਿ ਮਿਥਿਹਾਸ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਪਾਂਡਵ ਇੱਥੇ ਆਏ ਸੀਗੇ ਔਰ ਜੇਕਰ ਸਿੱਖੀਜ਼ਮ ਦੀ ਗੱਲ ਕੀਤੀ ਜਾਵੇ ਤੇ ਸਿੱਖਾਂ ਦੇ ਤਿੰਨ ਜਿਹੜੇ ਗੁਰੂ ਸਹਿਬਾਨ ਨੇ ਉਹ ਵੀ ਇੱਥੇ ਪਹੁੰਚੇ ਸੀਗੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈਗਾ ਔਰ ਇੱਥੇ ਇੱਕ ਪੁਰਾਤਨ ਖੂਹ ਵੀ ਹੈਗਾ ਜਿਹੜਾ ਤਕਰੀਬਨ ਕਿਹਾ ਜਾਂਦਾ ਹੈ ਕਿ 300 ਸਾਲ ਪੁਰਾਣਾ ਤਾਂ ਹੈ ਹੀ ਔਰ ਅੱਜ ਵੀ ਉਸੇ ਹਾਲਤ ਦੇ ਵਿੱਚ ਪਿੰਡ ਵਾਸੀਆਂ ਨੇ ਜਿਹੜਾ ਹੈ ਉਸ ਨੂੰ ਸੰਭਾਲ ਲਿਆ ਹੋਇਆ ਸੋ ਉਹਦੇ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਖਾਸ ਤੌਰ ਤੇ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਸ ਪਿੰਡ ਨੂੰ ਗੁਰੂ ਸਹਿਬਾਨਾਂ ਦਾ ਵਰ ਪ੍ਰਾਪਤ ਹੈ ਔਰ ਅੱਜ ਵੀ ਇੱਥੋਂ ਦੇ ਜਿਹੜੇ ਬਰਤਨ ਹੈਗੇ ਆ ਉਸੇ ਤਰ੍ਹਾਂ ਦੇ ਨਾਲ ਉਸ ਵਰਦੇ ਅਨੁਸਾਰ ਜਿਹੜੇ ਨੇ ਉਹ ਵਿਕਦੇ ਹੈਗੇ ਨੇ ਸੋ ਲਗਾਤਾਰ ਪੰਜਾਬੋ ਦੇ ذریعے ਅਸੀਂ ਤੁਹਾਡੇ ਤੱਕ ਪੰਜਾਬ ਦੇ ਪਿੰਡਾਂ ਦੀਆਂ ਕਹਾਣੀਆਂ ਲੈ ਕੇ ਆਉਂਦੇ ਆ ਕਿ ਕਿਹਾ ਜਾਂਦਾ ਹੈ ਨਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੋ ਕਿਸ ਤਰ੍ਹਾਂ ਦੇ ਨਾਲ ਇਹ ਪਿੰਡ ਜਿਹੜੇ ਹੈਗੇ ਨੇ ਗੁਰੂ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਦੇ ਨਾਲ ਲਗਾਤਾਰ ਅੱਗੇ ਵਧ ਰਹੇ ਹੈਗੇ ਹਰ ਕਹਾਣੀ ਹਰ ਰਿਪੋਰਟ ਤੁਹਾਡੇ ਤੱਕ ਲੈ ਕੇ ਆਉਂਦੇ ਆ ਜੁੜੇ ਰਹਿਣਾ ਪੰਜਾਬੋ ਦੇ ਨਾਲ ਫਿਲਹਾਲ ਮੈਨੂੰ ਅਰਪਣ ਕੌਰ ਨੂੰ ਸਰੋਗੀ ਕੈਮਰਾਮੈਨ ਸੁਰਖਾਪ ਸਿੰਘ ਦੇ ਨਾਲ ਦਿਓ ਆ ਗਿਆ ਧੰਨਵਾਦ